ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਅੱਤਵਾਦੀਆਂ ਦੇ ਨਾਲ ਮੁੱਠਭੇੜ ਜਾਰੀ ਹੈ ਤਾਂ ਜੰਮੂ 'ਚ 4 ਦਿਨਾਂ 'ਚ 4 ਅੱਤਵਾਦੀਆਂ ਦੇ ਨਾਲ ਚੌਥੀ ਮੁੱਠਭੇੜ ਹੈ। ਮੁੱਠਭੇੜ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਤਾਂ ਦੱਸ ਦਈਏ ਕਿ ਜੰਮੂ ਦੇ ਵਿੱਚ ਲਗਾਤਾਰ ਹਾਲਾਤ ਜੋ ਨੇ ਉਹ ਤਣਾਅਪੂਰਨ ਬਣੇ ਹੋਏ ਨੇ, ਕਿਉਂਕਿ ਲਗਾਤਾਰ ਉੱਥੇ ਅੱਤਵਾਦੀਆਂ ਦੇ ਨਾਲ ਸੁਰੱਖਿਆ ਬਲਾਂ ਦੀ ਮੁੱਠਭੇੜ ਜਾਰੀ ਹੈ। 4 ਦਿਨਾਂ ਤੋਂ ਚੌਥੀ ਮੁੱਠਭੇੜ ਅੱਜ ਜਾਰੀ ਹੈ। ਤਾਂ ਦੱਸ ਦਈਏ ਕਿ ਮੁੱਠਭੇੜ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋਇਆ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਹੈੱਡ ਕਾਂਸਟੇਬਲ ਵੀ ਜ਼ਖਮੀ ਹੋਇਆ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਡੋਡਾ ਪੁਲਿਸ ਨੇ 4 ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਨੇ। ਪੁਲਿਸ ਨੇ ਅੱਤਵਾਦੀਆਂ 'ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ। ਇਸ ਦੇ ਨਾਲ ਹੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਵੇਗੀ ਪੁਲਿਸ। ਤਾਂ ਡੋਡਾ ਦੇ ਉੱਪਰੀ ਇਲਾਕਿਆਂ ਦੇ ਵਿੱਚ ਇਹ ਘੁੰਮਦੇ ਦੇਖੇ ਗਏ ਨੇ ਅੱਤਵਾਦੀ। ਜੰਮੂ ਕਸ਼ਮੀਰ ਪੁਲਿਸ ਨੇ ਸੂਚਨਾ ਦੇਣ ਦੇ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੈ। ਤਾਂ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਰਸੋਂ ਡੋਡਾ ਦੇ ਵਿੱਚ ਆਰਮੀ ਓਪਰੇਟਿੰਗ ਬੇਸ ਦੇ ਉੱਤੇ ਵੀ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਤਾਂ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 9 ਜੂਨ ਨੂੰ ਸ਼ਰਧਾਲੂਆਂ ਦੇ ਨਾਲ ਇੱਕ ਭਾਰੀ ਬੱਸ ਦੇ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਘਾਤ ਲਗਾ ਕੇ ਜਦੋਂ ਬੱਸ ਜਾ ਰਹੀ ਸੀ ਤਾਂ ਅਚਾਨਕ ਹੀ ਅੱਗੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਤਾਬੜਤੋੜ ਗੋਲੀਆਂ ਜੋ ਨੇ ਉਹ ਬੱਸ ਦੇ ਚਾਲਕ ਉੱਤੇ ਚਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਬੱਸ ਸੰਤੁਲਨ ਖੋ ਪੈਂਦੀ ਹੈ ਅਤੇ ਬੱਸ ਜਾ ਕੇ ਸਿੱਧਾ 50 ਮੀਟਰ ਡੂੰਘੀ ਖੱਡ ਦੇ ਵਿੱਚ ਗਿਰਦੀ ਹੈ, ਜਿਸ ਦੇ ਵਿੱਚ 3 ਔਰਤਾਂ ਸਮੇਤ ਟੋਟਲ 10 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਲਗਾਤਾਰ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਬੀਤੇ ਦਿਨਾਂ ਜਦੋਂ ਇੱਕ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਗਿਆ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਇਸੀ ਅੱਤਵਾਦੀ ਦੇ ਵੱਲੋਂ ਬੱਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ 20 ਲੱਖ ਰੁਪਏ ਦਾ ਉਸ ਦੇ ਉੱਤੇ ਇਨਾਮ ਰੱਖਿਆ ਗਿਆ ਸੀ। ਪਰ ਅੱਜ ਇੱਕ ਵਾਰ ਫਿਰ ਤੋਂ ਚੌਥੇ ਦਿਨ ਲਗਾਤਾਰ ਜੰਮੂ ਦੇ ਵਿੱਚ ਚੌਥੀ ਮੁੱਠਭੇੜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਜਾਰੀ ਹੈ। ਦੱਸ ਦਈਏ ਕਿ ਡੋਡਾ ਦੇ ਉੱਪਰੀ ਇਲਾਕਿਆਂ ਦੇ ਵਿੱਚ 4 ਅੱਤਵਾਦੀ ਘੁੰਮਦੇ ਦੇਖੇ ਗਏ ਨੇ ਅਤੇ ਉਹਨਾਂ ਦੇ ਸਕੈਚ ਹੁਣ ਜਾਰੀ ਕਰ ਦਿੱਤੇ ਨੇ। ਤਾਂ ਪੁਲਿਸ ਨੇ ਅੱਤਵਾਦੀਆਂ ਦੇ ਉੱਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਅਤੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਉਸਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ। ਤਾਂ ਪੁਲਿਸ ਨੇ ਇੱਕ ਫੋਨ ਨੰਬਰ ਵੀ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ। ਤਾਂ ਜੰਮੂ ਦੇ ਵਿੱਚ ਇੱਕ ਵਾਰ ਫਿਰ ਤੋਂ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਨਾਲ ਮੁੱਠਭੇੜ ਜੋ ਹੈ ਉਹ ਜਾਰੀ ਹੈ। ਹਾਲਾਂਕਿ ਬੀਤੇ ਦਿਨਾਂ ਜਦੋਂ ਮੁੱਠਭੇੜ ਹੋਈ ਸੀ ਤਾਂ ਉਸਦੇ ਵਿੱਚ 2 ਅੱਤਵਾਦੀ ਢੇਰ ਕਰ ਦਿੱਤੇ ਗਏ ਸੀ, ਜਦਕਿ 1 CRPF ਦਾ ਜਵਾਨ ਸ਼ਹੀਦ ਹੋ ਗਿਆ ਸੀ। ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਅੱਤਵਾਦੀਆਂ ਦੇ ਨਾਲ ਮੁੱਠਭੇੜ ਜਾਰੀ ਹੈ। ਤਾਂ ਜੰਮੂ 'ਚ 4 ਦਿਨਾਂ 'ਚ 4 ਅੱਤਵਾਦੀਆਂ ਦੇ ਨਾਲ ਚੌਥੀ ਮੁੱਠਭੇੜ ਹੈ। ਮੁੱਠਭੇੜ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਤਾਂ ਦੱਸ ਦਈਏ ਕਿ ਜੰਮੂ ਦੇ ਵਿੱਚ ਲਗਾਤਾਰ ਹਾਲਾਤ ਜੋ ਨੇ ਉਹ ਤਣਾਅਪੂਰਨ ਬਣੇ ਹੋਏ ਨੇ, ਕਿਉਂਕਿ ਲਗਾਤਾਰ ਉੱਥੇ ਅੱਤਵਾਦੀਆਂ ਦੇ ਨਾਲ ਸੁਰੱਖਿਆ ਬਲਾਂ ਦੀ ਮੁੱਠਭੇੜ ਜਾਰੀ ਹੈ। 4 ਦਿਨਾਂ ਤੋਂ ਚੌਥੀ ਮੁੱਠਭੇੜ ਅੱਜ ਜਾਰੀ ਹੈ। ਤਾਂ ਦੱਸ ਦਈਏ ਕਿ ਮੁੱਠਭੇੜ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋਇਆ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਹੈੱਡ ਕਾਂਸਟੇਬਲ ਵੀ ਜ਼ਖਮੀ ਹੋਇਆ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਡੋਡਾ ਪੁਲਿਸ ਨੇ 4 ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਨੇ। ਪੁਲਿਸ ਨੇ ਅੱਤਵਾਦੀਆਂ 'ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ। ਇਸ ਦੇ ਨਾਲ ਹੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਵੇਗੀ ਪੁਲਿਸ। ਤਾਂ ਡੋਡਾ ਦੇ ਉੱਪਰੀ ਇਲਾਕਿਆਂ ਦੇ ਵਿੱਚ ਇਹ ਘੁੰਮਦੇ ਦੇਖੇ ਗਏ ਨੇ ਅੱਤਵਾਦੀ। ਜੰਮੂ ਕਸ਼ਮੀਰ ਪੁਲਿਸ ਨੇ ਸੂਚਨਾ ਦੇਣ ਦੇ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਹੈ। ਤਾਂ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਰਸੋਂ ਡੋਡਾ ਦੇ ਵਿੱਚ ਆਰਮੀ ਓਪਰੇਟਿੰਗ ਬੇਸ ਦੇ ਉੱਤੇ ਵੀ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਤਾਂ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 9 ਜੂਨ ਨੂੰ ਸ਼ਰਧਾਲੂਆਂ ਦੇ ਨਾਲ ਇੱਕ ਭਾਰੀ ਬੱਸ ਦੇ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਘਾਤ ਲਗਾ ਕੇ ਜਦੋਂ ਬੱਸ ਜਾ ਰਹੀ ਸੀ ਤਾਂ ਅਚਾਨਕ ਹੀ ਅੱਗੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਤਾਬੜਤੋੜ ਗੋਲੀਆਂ ਜੋ ਨੇ ਉਹ ਬੱਸ ਦੇ ਚਾਲਕ ਉੱਤੇ ਚਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਬੱਸ ਸੰਤੁਲਨ ਖੋ ਪੈਂਦੀ ਹੈ ਅਤੇ ਬੱਸ ਜਾ ਕੇ ਸਿੱਧਾ
50 ਮੀਟਰ ਡੂੰਘੀ ਖੱਡ ਦੇ ਵਿੱਚ ਗਿਰਦੀ ਹੈ, ਜਿਸ ਦੇ ਵਿੱਚ 3 ਔਰਤਾਂ ਸਮੇਤ ਟੋਟਲ 10 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਲਗਾਤਾਰ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਬੀਤੇ ਦਿਨਾਂ ਜਦੋਂ ਇੱਕ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਗਿਆ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਇਸੀ ਅੱਤਵਾਦੀ ਦੇ ਵੱਲੋਂ ਬੱਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ 20 ਲੱਖ ਰੁਪਏ ਦਾ ਉਸਦੇ ਉੱਤੇ ਇਨਾਮ ਰੱਖਿਆ ਗਿਆ ਸੀ। ਪਰ ਅੱਜ ਇੱਕ ਵਾਰ ਫਿਰ ਤੋਂ ਚੌਥੇ ਦਿਨ ਲਗਾਤਾਰ ਜੰਮੂ ਦੇ ਵਿੱਚ ਚੌਥੀ ਮੁੱਠਭੇੜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਜਾਰੀ ਹੈ। ਦੱਸ ਦਈਏ ਕਿ ਡੋਡਾ ਦੇ ਉੱਪਰੀ ਇਲਾਕਿਆਂ ਦੇ ਵਿੱਚ 4 ਅੱਤਵਾਦੀ ਘੁੰਮਦੇ ਦੇਖੇ ਗਏ ਨੇ ਅਤੇ ਉਹਨਾਂ ਦੇ ਸਕੈਚ ਹੁਣ ਜਾਰੀ ਕਰ ਦਿੱਤੇ ਨੇ। ਤਾਂ ਪੁਲਿਸ ਨੇ ਅੱਤਵਾਦੀਆਂ ਦੇ ਉੱਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਅਤੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਉਸਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ। ਤਾਂ ਪੁਲਿਸ ਨੇ ਇੱਕ ਫੋਨ ਨੰਬਰ ਵੀ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ। ਤਾਂ ਜੰਮੂ ਦੇ ਵਿੱਚ ਇੱਕ ਵਾਰ ਫਿਰ ਤੋਂ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਨਾਲ ਮੁੱਠਭੇੜ ਜੋ ਹੈ ਉਹ ਜਾਰੀ ਹੈ। ਹਾਲਾਂਕਿ ਬੀਤੇ ਦਿਨਾਂ ਜਦੋਂ ਮੁੱਠਭੇੜ ਹੋਈ ਸੀ ਤਾਂ ਉਸਦੇ ਵਿੱਚ 2 ਅੱਤਵਾਦੀ ਢੇਰ ਕਰ ਦਿੱਤੇ ਗਏ ਸੀ, ਜਦਕਿ 1 CRPF ਦਾ ਜਵਾਨ ਸ਼ਹੀਦ ਹੋ ਗਿਆ ਸੀ।